ਲੋ ਦੋਸਤੋ ਇਹ ਇੰਪੋਰਟੈਂਟ ਡਾਕੂਮੈਂਟਸ ਨੇ ਜੀ ਕੁਝ ਕੁਕੀ ਕਾਫੀ ਲੋਕੀ ਕਹਿੰਦੇ ਹੁੰਦੇ ਭਾਜੀ ਤੁਸੀਂ ਇੱਕ ਵੀਡੀਓ ਬਣਾਓ ਕੁਝ ਸਾਨੂੰ ਦੱਸੋ ਕਿ ਇੰਪੋਰਟੈਂਟ ਡਾਕੂਮੈਂਟਸ ਕਿਹੜੇ ਨੇ ਫॉर ਕੈਨੇਡਾ ਟੂਰਿਸਟ ਵੀਜ਼ਾ ਵਾਸਤੇ ਸੋ ਮੈਂ ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰਮ ਵੀਜ਼ਾ ਹਵੇ ਇਮੀਗ੍ਰੇਸ਼ਨ ਚੰਦਰ ਦੋਸਤੋ ਮੈਂ ਦੱਸ ਰਿਹਾ ਕਿ ਇੰਪੋਰਟੈਂਟ ਡਾਕੂਮੈਂਟਸ ਕਿਹੜੇ-ਕਿਹੜੇ ਨੇ ਸਾਡੇ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਫਸਟ ਆਫ ਅਲ ਇਸ ਪਾਸਪੋਰਟ ਐਂਡ 35 ਫੋਟੋਗ੍ਰਾਫ ਐਂਡ ਆਈਟੀਆਰ 2 ਸਾਲ ਦੀ ਹੁਣ ਇੱਥੇ ਪ੍ਰੋਬਲਮ ਆਉਂਦੀ ਹੈ ਕਿ ਆਈਟੀਆਰ 2 ਉਹਨਾਂ ਕੋ ਫਾਰਮ 16 ਹੁੰਦਾ ਸੋ ਫਾਰਮ 16 ਇਜ਼ ਓਕੇ ਉਹ ਆਪਾਂ ਲਗਾ ਸਕਦੇ ਆ ਇਨਕਮ ਸਰਟੀਫਿਕੇਟ ਉਹਨਾਂ ਲੋਕਾਂ ਵਾਸਤੇ ਕੁਝ ਕਿਸਾਨ ਵੀਰ ਨੇ ਜਿਨ੍ਹਾਂ ਦੇ ਕੋਲ ਨਾ ਆਈਟੀਆਰ ਹੁੰਦੀ ਆ ਨਾ ਕੁਝ ਹੋਰ ਉਹ ਆਪਣਾ ਇਨਕਮ ਸਰਟੀਫਿਕੇਟ ਤਹਿਸੀਲਦਾਰ ਕੋਲ ਬਣਵਾ ਕੇ ਲਗਾ ਸਕਦੇ ਨੇ ਲੇਕਿਨ ਅਗਰ ਉਹ ਤਹਿਸੀਲਦਾਰ ਉਹਨਾਂ ਕੋ 8-10000 ਰੁਪਏ ਮੰਗਦਾ ਆ ਤਾਂ ਫਿਰ ਤੁਸੀਂ ਉਹ ਚੀਜ਼ ਨਹੀਂ ਕਰਾਣੀ ਫਿਰ ਤੁਸੀਂ ਆਈਟੀਆਰ 2 ਸਾਲ ਦੀ ਜਾਂ 1 ਸਾਲ ਦੀ ਵੀ ਬਣਵਾ ਸਕਦੇ ਹੋ ਇਹ ਸੀਏ ਕੋ ਬੰਦੀ ਹੁੰਦੀ ਇਨਕਮ ਟੈਕਸ ਰਿਟਰਨ ਬੈਂਕ ਸਟੇਟਮੈਂਟ 4 ਮਹੀਨੇ ਦੀ ਵੈਰੀ ਇੰਪੋਰਟੈਂਟ ਡਾਕੂਮੈਂਟ ਬਟ ਇਹ ਬੈਂਕ ਸਟੇਟਮੈਂਟ ਜਿਹੜੀ ਹੈਗੀ ਉਹ ਮੇਨਟੇਨਡ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ ਕਿਸੇ ਦੇ ਕਹਿਣ ਤੇ 1 ਮਹੀਨੇ ਪਹਿਲਾਂ ਥੋੜੇ ਥੋੜੇ ਕਰਕੇ ਪੈਸੇ ਪਾ ਲਏ ਜਾਂ ਇਕੱਠੇ ਪਵਾ ਲਏ ਉਹ ਕੰਮ ਨਹੀਂ ਕਰਦਾ ਰੀਸੈਂਟ ਡਿਪੋਜ਼ਿਟ ਬਿਲਕੁਲ ਨਹੀਂ ਹੋਣੀ ਚਾਹੀਦੀ 4 ਮਹੀਨੇ ਦੀ ਪ੍ਰੋਪਰਲੀ ਬੈਂਕ ਸਟੇਟਮੈਂਟ ਮੇਨਟੇਨ ਹੋਣੀ ਚਾਹੀਦੀ ਹੈ ਅਗਰ ਤੁਹਾਡੇ ਕੋਲ ਐਫਡੀ ਹੈ ਐਫਡੀ ਹਾਂ ਅਗਰ ਕਿਸੇ ਇਨਸਾਨ ਕੋ ਸਪੋਜ਼ ਕਰੋ 2-3 ਲੱਖ ਪਿਆ ਹੋਇਆ ਔਰ ਉਹਦੀ ਐਫਡੀ ਮੈਚੁਰ ਹੋ ਗਈ ਐਫਡੀ ਮੈਚੁਰ ਹੋ ਗਈ ਉਹਦੀ 4 ਲੱਖ ਦੀ ਔਰ ਉਹ ਕਾਊਂਟ ਚ ਆ ਗਈ। देन इट्स ओके। ਫਿਰ ਉਹ ਕੋਈ ਇਸ਼ੂ ਨਹੀਂ ਬਿਕੋਜ਼ ਆ ਪ੍ਰੂਫ ਨਾਲ ਆਪਾਂ ਲਗਾ ਸਕਦੇ ਆ। देन ਅਗਰ ਤੁਹਾਡੇ ਕੋਈ FD ਆ, RD ਆ, ਮਿਊਚੁਅਲ ਫੰਡਸ ਹੈਗੇ ਆ, ਸ਼ੇਅਰਸ ਆ, LIC ਇੰਸ਼ੋਰੈਂਸ ਦਾ ਕੋਈ ਵੀ ਡਾਕੂਮੈਂਟ ਤੁਹਾਡੇ ਹੈਗੇ ਆ, ਤੁਸੀਂ Yes ਲਗਾ ਸਕਦੇ ਹੋ। ਅਗਰ ਮੈਂ profession document ਦੀ ਹੁਣ ਗੱਲ ਕਰਾਂ ਨੈਕਸਟ। ਲਾਈਕ ਜੇ ਤੁਸੀਂ ਜੌਬ ਕਰਦੇ ਹੋ ਤਾਂ ਆਪਣੀ ਅਪਾਇੰਟਮੈਂਟ ਲੈਟਰ ਲਗਾਓ, ਜੁਆਇਨਿੰਗ ਲੈਟਰ ਨੂੰ ਕਹਿੰਦੇ ਆਪਾਂ, ਪੇ ਸਲਿੱਪਾਂ ਲਗਾਓ ਔਰ NOC ਲੈਟਰ ਅਗਰ ਮਿਲ ਸਕਦੀ ਹੈ ਤਾਂ ਠੀਕ ਹੈ, ਨਹੀਂ ਤਾਂ ਕੋਈ ਇਸ਼ੂ ਨਹੀਂ ਹੈ। ਲੇਕਿਨ ਅਗਰ ਸ਼ੈਨਿੰਗਨ ਦਾ ਵੀਜ਼ਾ ਅਪਲਾਈ ਕਰਨ ਜਾ ਰਹੇ ਹਾਂ ਤਾਂ ਫਿਰ ਐਨਓਸੀ ਜ਼ਰੂਰੀ ਹੈ ਬਿਜ਼ਨਸ ਅਗਰ ਕਰ ਰਹੇ ਹੋ ਤਾਂ ਦੋਸਤੋ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਵੇ ਕਿਸੇ ਵੀ ਤਰ੍ਹਾਂ ਦਾ ਫਾਰਮ ਐਫ ਐਨ ਬੀ ਹੁੰਦਾ ਆ ਜਾਂ ਐਮ ਐਸ ਐਮ ਈ ਹੋ ਗਿਆ ਜਾਂ ਫਾਰਮ ਸੀ ਹੋ ਗਿਆ ਜਾਂ ਪਾਰਟਨਰਸ਼ਿਪ ਡੀਡ ਹੋ ਗਈ ਪਲੱਸ ਲੈਟਰ ਹੈਡ ਵਿਜ਼ਿਟਿੰਗ ਕਾਰਡ ਚਲੋ ਹੈ ਗਈ ਆ ਜੀ ਐਸ ਟੀ ਅਗਰ ਜੀ ਐਸ ਟੀ ਹੈ ਤਾਂ ਜੀ ਐਸ ਟੀ ਸਰਟੀਫਿਕੇਟ ਐਂਡ ਜੀ ਐਸ ਟੀ ਦੀ ਰਿਟਰਨਸ ਲਗਾਣੀਆਂ ਨੇ ਹੁਣ ਮੇਨ ਚੀਜ਼ ਜੋ ਹੈ ਪ੍ਰਾਪਰਟੀ ਰਿਪੋਰਟ ਐਂਡ ਸੀਆ ਰਿਪੋਰਟ ਇਹਨਾਂ ਤੇ ਬਹੁਤ ਲੋਕੀ ਕੰਫਿਊਜ਼ ਹੋ ਜਾਂਦੇ ਪਾਜੀ ਤੁਸੀਂ ਪ੍ਰਾਪਰਟੀ ਰਿਪੋਰਟ ਕਿਉਂ ਨਹੀਂ ਲਗਾ ਰਹੇ ਹੋ ਦੋਸਤੋ ਯਾਦ ਰੱਖੋ ਅਗਰ ਪ੍ਰਾਪਰਟੀ ਤੁਹਾਡੇ ਨਾਮ ਤੇ ਹੈ ਤਾਂ ਪ੍ਰਾਪਰਟੀ ਰਿਪੋਰਟ ਲਗਾਨੀ ਹੈ ਅਗਰ ਪ੍ਰਾਪਰਟੀ ਤੁਹਾਡੇ ਮੰਮੀ ਪਾਪਾ ਨਾਮ ਤੇ ਹੈ ਜਾਂ ਕਿਸੇ ਹੋਰ ਨਾਮ ਤੇ ਫਿਰ ਪ੍ਰਾਪਰਟੀ ਰਿਪੋਰਟ ਤੇ ਉਹਦੇ ਕੋਈ ਵੀ ਡਾਕੂਮੈਂਟ ਨਹੀਂ ਲਗਾਉਣਾ ਹੈ ਸੀਆ ਰਿਪੋਰਟ ਨੈਵਰ ਰਿਕੁਆਇਰਡ ਕਦੀ ਰਿਕੁਆਇਰਡ ਨਹੀਂ ਹੁੰਦੀ ਤੁਸੀਂ ਅਗਰ ਖੁਸ਼ ਹੋ ਸੀ ਰਿਪੋਰਟ ਲਗਾ ਕੇ ਤਾਂ ਤੁਸੀਂ ਲਗਾ ਸਕਦੇ ਹੋ ਇਟਸ ਯੂਰ ਓਨਲੀ ਵਿਸ਼ ਇਟ ਇਜ਼ ਨਾਟ ਰਿਕੁਆਇਰਡ ਬਾਈ ਐਨੀ ਐਮਬੈਸੀ ਕਿਸੇ ਐਮਬੈਸੀ ਥਰੂ ਸੀ ਏ ਰਿਪੋਰਟ ਰਿਕੁਆਇਰਡ ਨਹੀਂ ਹੁੰਦੀ ਹੈ ਗੋਲਡ ਦੀ ਵੈਲਿਊਏਸ਼ਨ ਕੋਈ ਲੋੜ ਨਹੀਂ ਹੁੰਦੀ ਪਵਾਨ ਦੀ ਨਾ ਆਰ ਸੀ ਦੀ ਨਾ ਹਾਊਸ ਹੋਲਡ ਆਈਟਮਾਂ ਦੀ ਇਹ ਸਭ ਕੁਝ ਲੋਕੀ ਸੀ ਏ ਚ ਪਾ ਦਿੰਦੇ ਨੇ ਵਿਚ ਇਜ਼ ਟੋਟਲੀ ਰੋਂਗ ਸੋ ਇਸ ਕਰਕੇ ਸੀ ਏ ਰਿਪੋਰਟ ਦੀ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਹੈ ਆਸੀ ਆ ਜੋ ਮੇਨ ਡਾਕੂਮੈਂਟਸ ਹੈਗੇ ਆ ਦੋਸਤੋ ਬਾਕੀ ਤੁਸੀਂ ਤੁਸਾਂ ਕੋ ਫਾਈਲਿੰਗ ਸ਼ੁਰੂ ਕਰਾਣੇ ਆ ਮੈਂ THEN ਪ੍ਰੋਫਾਈਲ ਦੇ ਆਧਾਰ ਤੇ ਪ੍ਰੋਫਾਈਲ ਨੂੰ ਦੇਖਦਿਆਂ ਹੋਇਆਂ ਸਮਝ ਕੇ ਫਿਰ ਮੈਂ ਪ੍ਰੋਪਰਲੀ ਚੈਕਲਿਸਟ ਤਿਆਰ ਕਰਕੇ ਦਿੰਦਾ ਹਾਂ ਦਿਸ ਇਜ਼ ਨਾਟ ਅ ਚੈਕਲਿਸਟ ਇਟ ਇਜ਼ ਜਸਟ ਇੰਪੋਰਟੈਂਟ ਡਾਕੂਮੈਂਟਸ ਥੈਂਕ ਯੂ ਸੋ ਮਚ ਦੋਸਤੋ ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰਮ ਵੀਜ਼ਾ ਹੱਬ ਇਮੀਗ੍ਰੇਸ਼ਨ